ਸਤਿ ਸ਼੍ਰੀ ਅਕਾਲ ਜੀ, ਮੈਂ ਸਤਿੰਦਰ ਅਤੇ ਮੇਰੇ ਨਾਲ ਜੱਸਾ ਅੰਟਾਲ ਅਤੇ ਇੱਧਰ ਸਾਡੇ ਧਾਲੀਵਾਲ ਸਾਹਿਬ ਜੀ। ਅਤੇ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ, ਸ਼੍ਰੀ ਫਤਿਹਗੜ੍ਹ ਸਾਹਿਬ। ਅੱਗੇ ਜਾ ਕੇ ਅਸੀਂ ਲਵਾਉਣਾ ਹੈ ਝੰਡਾ ਕੇਸਰੀ। ਅਤੇ ਅਸੀਂ ਇੱਕ ਦੁਕਾਨ ਤੋਂ ਝੰਡਾ ਲਵਾਇਆ। ਝੰਡਾ ਲਵਾਉਣ ਤੋਂ ਬਾਅਦ ਅਸੀਂ ਸਿੱਧੀ ਗੱਡੀ ਖਿੱਚ ਦਿੱਤੀ ਫਿਰ ਫਤਿਹਗੜ੍ਹ ਸਾਹਿਬ ਨੂੰ। ਲੰਗਰ ਲੱਗਿਆ ਹੋਇਆ ਜੀ ਇੱਥੇ, ਦੁੱਧ ਦਾ ਗਰਮਾ ਗਰਮਾ ਦੁੱਧ ਨਾਲ ਚਾਹ, ਬਿਸਕੁਟ ਹੋਣਗੇ ਸ਼ਾਇਦ। ਹੋ ਜੀ ਮੜਿਆ ਦੁੱਧ ਚਾਹ ਪੀ ਕੇ ਕੈਮ। ਚਲੋ ਛੱਕ ਦੀਏ ਲੰਗਰ ਗਏ। ਅਤੇ ਅਸੀਂ ਜਦੋਂ ਫਤਿਹਗੜ੍ਹ ਸਾਹਿਬ ਜਾ ਰਹੇ ਸੀ ਰਸਤੇ 'ਚ ਸਾਨੂੰ ਸਾਡੇ ਦੋਸਤ ਮਿਲੇ ਅਤੇ ਅਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਗੱਲਾਂ ਬਾਤਾਂ ਕੀਤੀਆਂ। ਹਾਂਜੀ ਹਾਂਜੀ, ਆਪਾਂ ਕਿੱਥੇ ਚੱਲੇ ਹਾਂ? ਫਤਿਹਗੜ੍ਹ ਸਾਹਿਬ। ਅੱਛਾ ਜੀ, ਸਾਰੇ ਯਾਰ ਗੱਡੀ ਰੱਖੇ ਹੋਏ ਆ। ਓਕੇ, ਚਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਅਸੀਂ ਫੇਰ ਗੱਡੀ ਖਿੱਚ ਦਿੱਤੀ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਐਂਟਰ ਕਰ ਚੱਲੇ ਹਾਂ ਅਤੇ ਇਹ ਆ ਗਿਆ ਯਾਦਗਾਰੀ ਗੇਟ, ਬੱਬਾ ਬੰਦਾ ਸਿੰਘ ਬਹਾਦਰ। ਸੋ ਅਸੀਂ ਫਾਈਨਲੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਪਹੁੰਚ ਗਏ ਹਾਂ ਅਤੇ ਅਸੀਂ ਹੁਣ ਜੋਤੀ ਸਰੂਪ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਹਾਂ। ਕਹਿਣ ਡਿਆ ਕਿਆ ਬਾਤਾਂ ਸਰਦਾਰ ਦੀਆਂ। ਉਸ ਤੋਂ ਬਾਅਦ ਅਸੀਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਸਾਨੂੰ ਇੱਕ ਬਾਬਾ ਜੀ ਮਿਲੇ। ਚੱਲ ਗਈ ਕਨੇਡਾ।
ਘੁੰਮਣ ਫਿਰਨ ਤੋਂ ਬਾਅਦ ਅਸੀਂ ਸਿੱਧਾ ਘਰ ਨੂੰ ਗੱਡੀ ਖਿੱਚ ਦਿੱਤੀ ਕਿਉਂਕਿ ਘਰੇ ਥੋੜ੍ਹਾ ਕੰਮ ਸੀ ਅਤੇ ਅੱਜ ਦਾ ਵਲੋਗ ਅਸੀਂ ਇੱਥੇ ਹੀ ਖਤਮ ਕਰ ਦਿੱਤਾ। ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ।